ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਵਿੱਚ 5 ਨਵੇਂ SSP ਤੈਨਾਤ ਕਰ ਦਿੱਤੇ ਗਏ ਨੇ। ਦੱਸ ਦਈਏ ਕਿ ਦੀਪਕ ਪਾਰਕ ਨੂੰ SSP ਬਠਿੰਡਾ, ਅੰਕੁਰ ਗੁਪਤਾ ਨੂੰ SSP ਜਲੰਧਰ ਦਿਹਾਤੀ, ਸਿਮਰਤ ਕੌਰ ਨੂੰ SSP ਮਾਲੇਰਕੋਟਲਾ ਤੇ ਸੁਹੇਲ ਕਾਸਿਮ ਮੀਰ ਨੂੰ SSP ਪਠਾਨਕੋਟ ਅਤੇ ਡਾਕਟਰ ਪ੍ਰਗਿਆ ਜੈਨ ਨੂੰ SSP ਫਾਜ਼ਿਲਕਾ ਲਾ ਦਿੱਤਾ ਗਿਆ ਹੈ। ਦੱਸ ਦਈਏ ਕਿ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ 5 ਨਵੇਂ SSPs ਦੀ ਤੈਨਾਤੀ ਕਰ ਦਿੱਤੀ ਗਈ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ 5 SSP ਬਦਲੇ ਗਏ ਸਨ। ਤਾਂ ਦੱਸ ਦਈਏ ਕਿ ਹੁਣ ਜਿਹੜੇ ਨਵੇਂ SSP ਲਾਏ ਗਏ ਨੇ ਉਸ ਦੇ ਵਿੱਚ ਬਠਿੰਡਾ, ਜਲੰਧਰ ਦਿਹਾਤੀ, ਮਾਲੇਰਕੋਟਲਾ, ਪਠਾਨਕੋਟ, ਫਾਜ਼ਿਲਕਾ ਜ਼ਿਲ੍ਹਾ ਸ਼ਾਮਲ ਹੈ। ਤਾਂ 5 ਜ਼ਿਲ੍ਹਿਆਂ ਨੂੰ ਨਵੇਂ SSP ਮਿਲੇ ਨੇ। ਬਠਿੰਡਾ ਦੇ ਵਿੱਚ ਦੀਪਕ ਪਾਰਕ ਨੂੰ ਲਾਇਆ ਗਿਆ, ਜਲੰਧਰ ਦਿਹਾਤੀ ਤੋਂ ਅੰਕਰ ਗੁਪਤਾ, ਮਲੇਰਕੋਟਲਾ ਤੋਂ ਸਿਮਰਤ ਕੌਰ ਨੂੰ ਲਾਇਆ ਗਿਆ, ਪਠਾਨਕੋਟ ਤੋਂ ਸੁਹੇਲ ਕਾਸਿਮ ਮੀਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਫਾਜ਼ਿਲਕਾ ਤੋਂ ਡਾਕਟਰ ਪ੍ਰਗਿਆ ਜੈਨ ਨੂੰ SSP ਲਾਇਆ ਗਿਆ ਹੈ। ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਇਹਨਾਂ SSPs ਦੀ ਤੈਨਾਤੀ ਕੀਤੀ ਗਈ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੰਜਾਬ ਸਮੇਤ ਕਈ ਰਾਜਾਂ ਦੇ ਵਿੱਚ SSP ਬਦਲੇ ਗਏ ਸਨ। ਕਈ ਜਿਹੜੇ SSP ਸੀ ਉਹ ਰਾਜ ਨੇਤਾਵਾਂ ਦੇ, ਕਈ ਜਿਹੜੇ SSP ਸੀ ਉਹ ਸਿਆਸੀ ਆਗੂਆਂ ਦੇ ਰਿਸ਼ਤੇਦਾਰ ਵੀ ਸੀ, ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਤੇ ਇਹ SSP ਬਦਲੇ ਗਏ ਸਨ, ਜਿਸ ਦੇ ਵਿੱਚ ਹੁਣ 5 ਜ਼ਿਲ੍ਹਿਆਂ ਦੇ ਪੰਜਾਬ ਦੇ ਵਿੱਚ ਨਵੇਂ SSP ਤੈਨਾਤ ਕਰ ਦਿੱਤੇ ਗਏ ਨੇ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਵਿੱਚ 5 ਨਵੇਂ SSP ਤੈਨਾਤ ਕਰ ਦਿੱਤੇ ਗਏ ਨੇ। ਦੱਸ ਦਈਏ ਕਿ ਦੀਪਕ ਪਾਰਕ ਨੂੰ SSP ਬਠਿੰਡਾ, ਅੰਕੁਰ ਗੁਪਤਾ ਨੂੰ SSP ਜਲੰਧਰ ਦਿਹਾਤੀ, ਸਿਮਰਤ ਕੌਰ ਨੂੰ SSP ਮਾਲੇਰਕੋਟਲਾ ਤੇ ਸੁਹੇਲ ਕਾਸਿਮ ਮੀਰ ਨੂੰ SSP ਪਠਾਨਕੋਟ ਅਤੇ ਡਾਕਟਰ ਪ੍ਰਗਿਆ ਜੈਨ ਨੂੰ SSP ਫਾਜ਼ਿਲਕਾ ਲਾ ਦਿੱਤਾ ਗਿਆ ਹੈ। ਦੱਸ ਦਈਏ ਕਿ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ 5 ਨਵੇਂ SSPs ਦੀ ਤੈਨਾਤੀ ਕਰ ਦਿੱਤੀ ਗਈ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ 5 SSP ਬਦਲੇ ਗਏ ਸਨ। ਤਾਂ ਦੱਸ ਦਈਏ ਕਿ ਹੁਣ ਜਿਹੜੇ ਨਵੇਂ SSP ਲਾਏ ਗਏ ਨੇ ਉਸ ਦੇ ਵਿੱਚ ਬਠਿੰਡਾ, ਜਲੰਧਰ ਦਿਹਾਤੀ, ਮਾਲੇਰਕੋਟਲਾ, ਪਠਾਨਕੋਟ, ਫਾਜ਼ਿਲਕਾ ਜ਼ਿਲ੍ਹਾ ਸ਼ਾਮਲ ਹੈ। ਤਾਂ 5 ਜ਼ਿਲ੍ਹਿਆਂ ਨੂੰ ਨਵੇਂ SSP ਮਿਲੇ ਨੇ। ਬਠਿੰਡਾ ਦੇ ਵਿੱਚ ਦੀਪਕ ਪਾਰਕ ਨੂੰ ਲਾਇਆ ਗਿਆ, ਜਲੰਧਰ ਦਿਹਾਤੀ ਤੋਂ ਅੰਕਰ ਗੁਪਤਾ, ਮਲੇਰਕੋਟਲਾ ਤੋਂ ਸਿਮਰਤ ਕੌਰ ਨੂੰ ਲਾਇਆ ਗਿਆ, ਪਠਾਨਕੋਟ ਤੋਂ ਸੁਹੇਲ ਕਾਸਿਮ ਮੀਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਫਾਜ਼ਿਲਕਾ ਤੋਂ ਡਾਕਟਰ ਪ੍ਰਗਿਆ ਜੈਨ ਨੂੰ SSP ਲਾਇਆ ਗਿਆ ਹੈ। ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਇਹਨਾਂ SSPs ਦੀ ਤੈਨਾਤੀ ਕੀਤੀ ਗਈ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੰਜਾਬ ਸਮੇਤ ਕਈ ਰਾਜਾਂ ਦੇ ਵਿੱਚ SSP ਬਦਲੇ ਗਏ ਸਨ। ਕਈ ਜਿਹੜੇ SSP ਸੀ ਉਹ ਰਾਜ ਨੇਤਾਵਾਂ ਦੇ, ਕਈ ਜਿਹੜੇ SSP ਸੀ ਉਹ ਸਿਆਸੀ ਆਗੂਆਂ ਦੇ ਰਿਸ਼ਤੇਦਾਰ ਵੀ ਸੀ, ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਤੇ ਇਹ SSP ਬਦਲੇ ਗਏ ਸਨ, ਜਿਸ ਦੇ ਵਿੱਚ ਹੁਣ 5 ਜ਼ਿਲ੍ਹਿਆਂ ਦੇ ਪੰਜਾਬ ਦੇ ਵਿੱਚ ਨਵੇਂ SSP ਤੈਨਾਤ ਕਰ ਦਿੱਤੇ ਗਏ ਨੇ।